ਮਸਲ ਦੀ 3D ਲੁੱਕ ਕਿਵੇਂ ਬਣਾਉਣੀ ਆ। ਕਈ ਵਾਰ ਆਪਾਂ ਦੇਖਦੇ ਨਹੀਂ ਹੁੰਦੇ, ਕਈ ਬੰਦਿਆਂ ਦੇ ਮਸਲ ਬਹੁਤ ਫੁੱਲਰ ਲੱਗਦੇ ਹੁੰਦੇ ਨੇ ਦੇਖਣ ਨੂੰ, ਮਤਲਬ ਪੂਰੇ ਪ੍ਰੋਪਰ ਸ਼ੋਲਡਰ ਸ਼ੂਲਡਰ ਦੇਖਦੇ ਹੁੰਦੇ ਆ, ਰਾਊਂਡਰ ਪਏ ਹੁੰਦੇ ਨੇ, ਅਤੇ ਆਪਣੇ ਕਈ ਵਾਰ ਉੱਦਾਂ ਫਲੈਟ ਕਿਉਂ ਲੱਗਦੇ ਨੇ, ਆਪਣੀ ਉੱਦਾਂ ਦੀ ਕਿਉਂ ਲੁੱਕ ਕਿਉਂ ਨਹੀਂ ਆਉਂਦੀ। 70% ਮਸਲ ਦੇ ਵਿੱਚ ਵਾਟਰ ਹੋਲਡ ਹੁੰਦਾ, ਜਿਹਨੂੰ ਆਪਾਂ ਗਲੂਕੋਸ਼ ਕਹਿੰਦੇ ਹਾਂ, ਕਾਰਬੋਹਾਈਡ੍ਰੇਟਸ ਐਜ ਆ ਗਲੈਕੋਜਨ ਆਪਣੇ ਮਸਲ ਦੇ ਵਿੱਚ ਹੋਲਡ ਹੁੰਦੀ ਆ। ਫਿਰ 1 ਗ੍ਰਾਮ ਜੋ ਕਾਰਬਾ ਐਜ ਆ ਗਲੈਕੋਜਨ ਜਿੰਨਾ ਮਸਲ 'ਚ ਹੋਲਡ ਹੁੰਦਾ, 3 ਗ੍ਰਾਮ ਵਾਟਰ ਹੋਲਡ ਕਰਦਾ। ਹੁਣ ਇਹਦਾ ਮਤਲਬ ਜਿੰਨਾ ਕਾਰਬ ਖਾਵਾਂਗੇ ਮਸਲ ਦੇ ਵਿੱਚ ਵਾਟਰ ਹੋਲਡ ਰਹੂਗਾ। ਫਿਰ ਸੋਡੀਅਮ ਪੋਟਾਸ਼ੀਅਮ ਇਹ ਚੀਜ਼ਾਂ ਵੀ ਹੈਲਪ ਕਰਦੀਆਂ ਨੇ ਉਹ ਪੂਰਾ ਜੋ ਵਾਟਰ ਆ ਮਸਲ ਦੇ ਵਿੱਚ ਲਿਜਾਣ ਲਈ। ਹੁਣ ਜਦ ਆਪਾਂ ਨੂੰ ਪਤਾ ਕਿ 70% ਮਸਲ ਦਾ ਹਿੱਸਾ ਪਾਣੀ ਦਾ ਹੁੰਦਾ, ਅਤੇ ਜਦ ਆਪਾਂ ਜਿੰਮ ਲਾਉਂਦੇ ਹਾਂ, ਆਪਾਂ ਜਦੇ ਦੇਖਦੇ ਹਾਂ ਕਿ ਆਪਣਾ ਮਸਲ ਪੂਰਾ ਫੁੱਲ ਜਾਂਦਾ, ਪ੍ਰੋਪਰ ਗੋਲ ਹੋ ਜਾਂਦਾ, ਅਤੇ ਆਪਾਂ ਦੇਖਦੇ ਹਾਂ ਕਿ ਯਾਰ ਜਿੰਮ 'ਚ ਬਹੁਤ ਬੜੇ ਬੜੇ ਲੱਗਦੇ ਸੀ ਮਸਲ, ਅਤੇ ਇਹ 24 ਘੰਟੇ ਇੱਦਾਂ ਕਿਉਂ ਨਹੀਂ ਰਹਿੰਦੇ? ਕਿਉਂਕਿ ਉਹ ਮਸਲ ਗਲੈਕੋਜਨ ਡਿਪਲੀਟ ਹੁੰਦਾ। ਫਿਰ ਆਪਾਂ ਉਹਨੂੰ ਜਾ ਕੇ ਕਾਰਬ ਖਾਂਦੇ ਹਾਂ, ਬਰਾਊਨ ਰਾਈਸ ਵਗੈਰਾ ਖਾਂਦੇ ਹਾਂ, ਸਵੀਟ ਪੋਟੈਟੋ ਵਗੈਰਾ ਖਾਂਦੇ ਹਾਂ, ਜਿਹੜਾ ਮਸਲ ਗਲੈਕੋਜਨ ਉਹਨੂੰ ਦੁਬਾਰਾ ਭਰਦੇ ਹਾਂ ਆਪਾਂ, ਪਰ ਫਿਰ ਵੀ ਉਹ ਭਰਨ ਤੋਂ ਬਾਅਦ ਵੀ ਮਸਲ ਫਿਰ ਵੀ ਨਹੀਂ ਫੁੱਲ ਲੱਗਦਾ, ਆਪਾਂ ਕਾਰਬ ਵੀ ਖਾਂਦੇ ਹਾਂ। ਹੁਣ ਇਹਦੇ ਬਾਰੇ ਗੱਲ ਕਰ ਰਹੀ ਹਾਂ, ਇੱਕ ਕਈ ਵਾਰ ਆਪਾਂ ਦੇਖਿਆ ਹੋਊਗਾ ਕਿ ਜਿਹੜੇ ਬੰਦੇ ਸਟੀਰੋਇਡ ਕਰਦੇ ਨੇ ਉਹਨਾਂ ਦੇ ਬੜੇ ਬੜੇ ਮੋਢੇ ਖੜੇ ਹੁੰਦੇ ਨੇ ਇੰਨੇ ਇੰਨੇ, ਹੈ ਨਾ, ਕਿਉਂ? ਕਿਉਂਕਿ ਉਹਨਾਂ ਦੇ ਮਸਲਾਂ ਦੇ ਵਿੱਚ ਗਲੂਕੋਸ਼ ਅਪਟੇਕ ਜ਼ਿਆਦਾ ਵਧੀ ਹੁੰਦੀ ਆ ਸਟੀਰੋਇਡ ਕਰਕੇ, ਉਹਨਾਂ ਦੀ ਬਾਡੀ ਗਲੂਕੋਸ਼ ਨੂੰ ਜ਼ਿਆਦਾ ਹੈਂਡਲ ਕਰਦੀ ਆ, ਆਪਣੇ ਮਸਲ ਉੱਥੇ ਫਲੈਟ ਲੱਗਦੇ ਨੇ, ਆਪਣੇ ਮਸਲ ਸਿਰਫ ਜਿੰਮ ਦੇ ਵਿੱਚ ਪੰਪ ਹੁੰਦੇ ਨੇ, ਘਰੇ ਆ ਕੇ ਫਲੈਟ ਹੋ ਜਾਂਦੇ ਨੇ, ਉਹਨਾਂ ਦੇ ਉੱਦਾਂ ਹੀ ਜਦੋਂ ਮਰਜ਼ੀ ਦੇਖ ਲਓ ਪੂਰੇ ਉੱਦਾਂ ਹੀ ਖੜੇ ਹੁੰਦੇ ਨੇ ਰਾਊਂਡਡ। ਪਰ ਆਪਾਂ ਨੈਚੁਰਲ ਕਿਵੇਂ ਕਰਨਾ ਉਹਦੇ ਬਾਰੇ ਗੱਲ ਕਰਦੇ ਹਾਂ, ਕਿਹੜੇ ਕਾਰਬੋਹਾਈਡ੍ਰੇਟਸ ਖਾਣੇ ਨੇ, ਕਿਹੜੇ ਵਿਟਾਮਿਨ ਮਿਨਰਲ ਨੇ ਜੋ ਆਹ ਚੀਜ਼ 'ਚ ਆਪਣੀ ਹੈਲਪ ਕਰਦੇ ਨੇ ਕਾਰਬ ਨੂੰ ਮਸਲਾਂ ਦੇ ਵਿੱਚ ਐਜ਼ ਆ ਗਲੈਕੋਜਨ ਜ਼ਿਆਦਾ ਹੋਲਡ ਕਰ ਲਈ, ਤਾਂ ਕਿ ਆਪਣੀ 3D ਲੁੱਕ ਆਵੇ ਮਸਲ ਦੀ, ਮਸਲ ਗਿਰੇ ਗਿਰੇ ਨਾ ਲੱਗਣ, ਜਿਵੇਂ ਜਿੰਮ 'ਚ ਖੜੇ ਹੁੰਦੇ ਨੇ ਘਰੇ ਵੀ ਉੱਦਾਂ ਹੀ ਰਹਿਣ। ਪਹਿਲਾਂ ਤਾਂ ਇਹ ਸਮਝ ਲਓ ਕਿ ਤੁਹਾਡੀ ਪੂਰੀ ਬਾਡੀ ਦੇ ਵਿੱਚ ਜਿੰਨੇ ਤੁਹਾਡੇ ਕੋਲ ਮਸਲ ਨੇ ਉਹਨਾਂ ਤੁਹਾਡੀ ਬਾਡੀ ਦੇ ਵਿੱਚ ਗਲੈਕੋਜਨ ਹੋਲਡ ਰਹੂਗਾ। ਆਮ ਬੰਦੇ ਦੇ ਮੰਨ ਕੇ ਚੱਲੀਏ ਕਿ 300 ਗ੍ਰਾਮ ਮਸਲ ਹੋਲਡ ਕਰਦੇ ਨੇ, 80 ਗ੍ਰਾਮ ਲੀਵਰ ਕਰਦਾ। ਹੁਣ ਜਦ ਵੀ ਕੋਈ ਚੀਜ਼ ਖਾ ਲਈ ਆਪਾਂ, ਉਹਦੀ ਬਲੱਡ ਦੇ ਵਿੱਚ ਸ਼ੂਗਰ ਬਣਦੀ ਆ, ਹਰ ਇੱਕ ਕਾਰਬੋਹਾਈਡ੍ਰੇਟ ਦੀ, ਸਿੰਪਲ ਸ਼ੂਗਰ ਵੀ ਚਾਹੇ ਕੋਈ ਬਰਾਊਨ ਰਾਈਸ ਵਗੈਰਾ ਖਾਂਦੇ ਹੋ, ਬਲੱਡ 'ਚ ਸ਼ੂਗਰ ਹੀ ਬਣਦੀ ਆ। ਆਪਣੀ ਜੋ ਪੂਰੇ ਬੰਦੇ ਦੀ ਬਾਡੀ ਦੇ ਵਿੱਚ ਬਲੱਡ ਦੇ ਵਿੱਚ ਗਲੂਕੋਸ਼ ਲੈਵਲ ਸਿਰਫ 1 ਚਮਚਾ ਬਾਡੀ ਰੱਖਦੀ ਆ, 1 ਚਮਚਾ ਮਤਲਬ 4 ਗ੍ਰਾਮ ਸ਼ੂਗਰ ਬਾਡੀ ਬਲੱਡ 'ਚ ਰੱਖਦੀ ਆ ਪੂਰੀ ਬਾਡੀ ਦੇ ਵਿੱਚ। ਜੇ ਆਪਾਂ ਫਾਸਟ ਟਾਈਮ 'ਚ ਬਿਨਾਂ ਮੀਲ ਖਾਧੇ ਚੈੱਕ ਕਰਦੇ ਹਾਂ, ਜਿਹਨੂੰ ਉਹ ਸ਼ੂਗਰ ਵਾਲੇ ਮੀਟਰ ਜਿਹਨੇ ਚੈੱਕ ਕਰਦੇ ਹੁੰਦੇ ਨੇ, ਉਹ ਪੁਆਇੰਟ 'ਚ ਆਉਂਦਾ ਹੁੰਦਾ 80 ਤੋਂ ਲੈ ਕੇ 100 ਮਿਲੀਲੀਟਰ ਪਰ ਡੈਸੀਲੀਟਰ। ਫਿਰ ਜਦੋਂ ਮੀਲ ਖਾ ਲੈਂਦੇ ਹਾਂ ਬਲੱਡ ਸ਼ੂਗਰ ਅੱਪ ਚਲੇ ਜਾਂਦੀ ਆ, ਜਾਣੀ ਆ ਕਿਉਂਕਿ ਚੌਲਾਂ ਚੂਲਾਂ ਦਾ ਜਾ ਕੇ ਬਲੱਡ 'ਚ ਸ਼ੂਗਰ ਬਣਦੀ ਆ। ਫਿਰ ਹੁਣ ਆਪਾਂ ਸੋਚੋ ਕਿ ਆਪਾਂ ਯਾਰ ਬਹੁਤ ਸ਼ੂਗਰ ਖਾਂਦੇ ਹਾਂ, ਕਈ ਵਾਰ ਕਈ ਬੰਦੇ 300-400 ਗ੍ਰਾਮ ਕਾਰਬ ਖਾਂਦੇ ਨੇ ਦਿਨ 'ਚ ਜਾਂ ਹੋਰ ਸਿੰਪਲ ਸ਼ੂਗਰ ਖਾਂਦੇ ਨੇ, ਬਲੱਡ 'ਚ ਸ਼ੂਗਰ ਕਿਉਂ ਨਹੀਂ ਅੱਪ ਜਾਂਦੀ? ਕਿਉਂਕਿ ਇੱਥੋਂ ਗੇਮ ਸ਼ੁਰੂ ਹੁੰਦੀ ਆ। ਹੁਣ ਜਿਹੜਾ ਇੰਸੂਲਿਨ ਹਾਰਮੋਨਸ ਆਪਣਾ ਪੈਨਕ੍ਰੀਆ ਪ੍ਰੋਡਿਊਸ ਕਰਦਾ, ਉਹ ਤੁਹਾਡੇ ਬਲੱਡ ਦੇ ਵਿੱਚੋਂ ਉਹ ਸ਼ੂਗਰ ਨੂੰ ਕੱਢ ਕੇ 3 ਚੀਜ਼ਾਂ ਨੂੰ ਦਿੰਦਾ, ਮਸਲ ਦੇ ਵਿੱਚ ਐਜ ਆ ਗਲੈਕੋਜਨ ਹੋਲਡ ਕਰਦਾ, ਨੰਬਰ 2 'ਤੇ ਲੀਵਰ 'ਚ ਕਰਦਾ, ਨੰਬਰ 3 'ਤੇ ਫੈਟ ਸਟੋਰੇਜ ਕਰਦਾ। ਕਿਉਂਕਿ ਉਹਦਾ ਕੰਮ ਆ ਇਹ, ਉਹਨੇ ਬਲੱਡ 'ਚ ਸ਼ੂਗਰ ਨਹੀਂ ਰਹਿਣ ਦੇਣੀ 140 ਮਿਲੀਲੀਟਰ ਪਰ ਡੈਸੀਲੀਟਰ। ਜੇ ਆਪਣੇ ਬਲੱਡ 'ਚ ਇੱਦੋਂ ਵੱਧ ਸ਼ੂਗਰ ਵਧੇ ਫਿਰ ਆਪਣੇ ਲਈ ਸਾਈਡ ਇਫੈਕਟ ਨੇ, ਜਿਵੇਂ ਆਪਾਂ ਦੇਖਦੇ ਨੇ ਕਿ ਸ਼ੂਗਰ ਵਾਲਾਂ ਦੀ ਬਲੱਡ ਸ਼ੂਗਰ ਅੱਪ ਚਲੇ ਜਾਂਦੀ ਆ, ਉਹ ਇੰਸੂਲਿਨ ਹਾਰਮੋਨਸ ਪ੍ਰੋਪਰ ਨਹੀਂ ਕੰਮ ਕਰਦਾ ਉਹਨਾਂ ਦਾ, ਉਦੋਂ ਬਲੱਡ 'ਚੋਂ ਸ਼ੂਗਰ ਨਹੀਂ ਕੱਢ ਹੁੰਦੀ। ਇੰਸੂਲਿਨ ਦੀ ਸੈਂਸਿਟੀਵਿਟੀ ਕਿੱਦਾਂ ਵਧਾਉਣੀ ਆ? ਪਹਿਲੀ ਗੱਲ ਤਾਂ ਕਾਰਬੋਹਾਈਡ੍ਰੇਟਸ ਕਿਹੜੇ ਖਾਣੇ ਨੇ, ਸਿੰਪਲ ਕਾਰਬ ਨਹੀਂ ਖਾਣੇ ਹੈਗੇ, ਬਰਾਊਨ ਰਾਈਸ ਖਾਣੇ ਨੇ, ਸਵੀਟ ਪੋਟੈਟੋ ਖਾਣੇ ਨੇ, ਹੋਲ ਗ੍ਰੇਨ ਚੀਜ਼ਾਂ ਖਾਣੀਆਂ ਨੇ, ਕਿਉਂਕਿ ਇਹਨਾਂ ਦੇ ਵਿੱਚ ਕੰਪਲੈਕਸ ਕਾਰਬ ਹੁੰਦੇ ਨੇ ਜਿਹੜੇ ਇਹ ਬਲੱਡ ਦੇ ਵਿੱਚ ਸਲੋ ਰਿਲੀਜ਼ ਹੁੰਦੇ ਨੇ। ਇੱਥੇ ਗੱਲ ਆਉਂਦੀ ਆ ਗਲੈਸਮਿਕ ਇੰਡੈਕਸ ਦੀ, ਕਿ ਇਹਦਾ ਮਤਲਬ ਹੁੰਦਾ ਕਿੰਨੀ ਛੇਤੀ ਕੋਈ ਫੂਡ ਦੀ ਤੁਹਾਡੀ ਬਾਡੀ ਦੇ ਵਿੱਚ ਸ਼ੂਗਰ ਬਣਦੀ ਆ। ਹੁਣ ਚਿੱਟੇ ਚੌਲਾਂ ਦਾ ਜ਼ਿਆਦਾ ਹੁੰਦਾ ਅਤੇ ਜਿਹੜਾ ਆਪਣਾ ਬਰਾਊਨ ਰਾਈਸ ਦਾ ਉਹਨਾਂ ਦਾ ਘੱਟ ਹੁੰਦਾ ਕਿਉਂਕਿ ਫਾਈਬਰ ਹੁੰਦੀ ਆ। ਹੁਣ ਜਦ ਤੁਸੀਂ ਵਾਈਟ ਰਾਈਸ ਖਾ ਲਏ ਜਾਂ ਸਿੰਪਲ ਸ਼ੂਗਰ ਖਾ ਲਈ, ਕਈ ਬੰਦੇ ਮਿੱਠੇ ਹੀ ਖਾ ਲੈਂਦੇ ਨੇ, ਤਾਂ ਬਹੁਤ ਫਾਸਟ ਉਹ ਚੀਜ਼ ਨੇ ਤੁਹਾਡੀ ਬਾਡੀ ਦੇ ਵਿੱਚ ਸ਼ੂਗਰ ਬਣਨਾ। ਹੁਣ ਜਦ ਬਾਡੀ 'ਚ ਸ਼ੂਗਰ ਬਣ ਗਈ ਅਤੇ ਹੁਣ ਇੰਸੂਲਿਨ ਨੇ ਆਉਣਾ, ਇੰਸੂਲਿਨ ਨੂੰ ਪਤਾ ਕਿ ਉਹਨੇ ਬਾਡੀ ਦੇ ਵਿੱਚੋਂ ਸ਼ੂਗਰ ਕੱਢਣੀ ਆ ਛੇਤੀ ਤੋਂ ਛੇਤੀ, ਕਿਉਂਕਿ ਹਾਈ ਬਲੱਡ ਸ਼ੂਗਰ ਇਫੈਕਟ ਕਰਦਾ ਆਪਣੀ ਅੱਖਾਂ ਨੂੰ, ਹਰ ਇੱਕ ਬਾਡੀ ਦੇ ਔਰਗਨ ਨੂੰ। ਉਹਨੇ 140 ਤੋਂ ਨਹੀਂ ਵਧਣ ਦੇਣੀ ਸ਼ੂਗਰ ਆਫਟਰ ਮੀਲ, ਉਹਨੇ ਛੇਤੀ ਤੋਂ ਛੇਤੀ ਉਹ ਚੀਜ਼ ਨੂੰ ਕੱਢ ਕੇ ਮਸਲਾਂ 'ਚ ਪੁਸ਼ ਕਰਨਾ, ਲੀਵਰ ਨੂੰ ਦੇਣਾ ਜਾਂ ਫਿਰ ਫੈਟ ਸਟੋਰੇਜ ਕੱਢਣੀ ਉਹ ਸ਼ੂਗਰ। ਹੁਣ ਆਪਾਂ ਮੰਨ ਲਓ ਹੁਣ ਜੇ ਤਾਂ ਬਰਾਊਨ ਰਾਈਸ ਖਾ ਲਏ, ਆਪਣੀ ਬਾਡੀ ਕੋਲ ਇੰਸੂਲਿਨ ਕੋਲ ਬਹੁਤ ਟਾਈਮ ਆ, ਉਹਨਾਂ ਨੇ ਸਲੋ ਰਿਲੀਜ਼ ਹੋਣਾ ਆਪਣੀ ਬਾਡੀ 'ਚ, ਉਹਨੇ ਉਹ ਹੌਲੀ ਹੌਲੀ ਸ਼ੂਗਰ ਨੂੰ ਰਿਮੂਵ ਕਰਕੇ
ਐਜ਼ ਆ ਗਲਾਈਕੋਜਨ ਆਪਣੇ ਮਸਲ ਉਹਨੂੰ ਹੋਲਡ ਕਰ ਸਕਦੇ ਨੇ। ਟਾਈਮ ਹੁੰਦਾ ਮਸਲਾਂ ਨੂੰ ਜਿੰਨੀ ਗਲਾਈਕੋਜਨ ਦੀ ਲੋੜ ਆ ਉਹਨੇ ਪਹਿਲਾਂ ਮਸਲਾਂ ਨੂੰ ਦੇਣੀ ਆ, ਫਿਰ ਉਸ ਤੋਂ ਬਾਅਦ ਐਕਸਟਰਾ ਸਟੋਰ ਬਾਡੀ ਫੈਟ 'ਚ ਆਊਗੀ। ਉੱਥੇ ਹੀ ਆਪਾਂ ਸਿੰਪਲ ਸ਼ੂਗਰ ਦੇਤੀ ਜਾਂ ਚੀਨੀ ਖਾ ਲਈ ਜਾਂ ਫਿਰ ਤੁਸੀਂ ਵਾਈਟ ਰਾਈਸ ਖਾ ਲਏ ਥੋੜ੍ਹੀ ਜਾਂ ਖਾ ਵੱਧ ਲਏ, ਤੁਹਾਡੀ ਬਾਡੀ 'ਚ ਬਹੁਤ ਛੇਤੀ ਗਲੂਕੋਸ਼ ਬਣਨਾ, ਇੰਸੁਲਿਨ ਨੇ ਛੇਤੀ ਉਹ ਕੱਢਣਾ, ਜਿੰਨਾ ਕੁ ਤੁਹਾਡੇ ਮਸਲਾਂ ਦੇ ਵਿੱਚ ਜਾਊ ਠੀਕ ਆ, ਬਾਕੀ ਉਹਨੇ ਫੈਟ ਸਟੋਰੇਜ ਮਾਰਨਾ। ਇਹਦਾ ਮਤਲਬ ਬਾਡੀ ਕੋਲ ਘੱਟ ਟਾਈਮ ਆ ਉਹ ਬਲੱਡ 'ਚ ਸ਼ੂਗਰ ਕੱਢ ਕੇ ਮਸਲਾਂ ਨੂੰ ਦੇਣ ਲਈ ਐਜ਼ ਆ ਗਲਾਈਕੋਜਨ। ਅਤੇ ਹੁਣ ਉਹੀ ਚੀਜ਼ ਹੋ ਗਈ ਨਾ, ਮਸਲਾਂ ਨੂੰ ਘੱਟ ਗਈ ਚੀਜ਼, ਫੈਟ ਸਟੋਰੇਜ ਵੱਧ ਗਈ। ਜੇ ਉੱਥੇ ਸਵੀਟ ਪਟੈਟੋ ਜਾਂ ਬਰਾਊਨ ਰਾਈਸ ਇਹਨਾਂ 'ਚੋਂ ਕਾਰਬ ਖਾਂਦੇ ਆ, ਫਾਈਬਰ ਵਾਲੇ ਕੰਪਲੈਕਸ ਕਾਰਬ ਖਾਂਦੇ ਆ, ਤਾਂ ਇਹਦਾ ਮਤਲਬ ਆਪਣੇ ਕੋਲ ਕਾਫੀ ਟਾਈਮ ਆ ਹਲੇ, ਇੰਸੁਲਿਨ ਉਹ ਚੀਜ਼ ਨੂੰ ਹੈਂਡਲ ਕਰ ਸਕਦਾ। ਅਤੇ ਹੁਣ ਜੇ ਆਪਾਂ ਬਾਰ ਬਾਰ, ਚਾਹੇ ਤੁਸੀਂ ਬਰਾਊਨ ਰਾਈਸ ਖਾਂਦੇ ਹੋ, ਬਾਰ ਬਾਰ 6 ਮੀਲਾਂ 'ਚ ਇੰਸੁਲਿਨ ਤੋਂ ਕੰਮ ਲੈਂਦੇ ਹੋ, ਮੀਲ ਖਾ ਲਈ ਬਲੱਡ ਸ਼ੂਗਰ ਅੱਪ ਚਲੇ ਗਿਆ, ਇੰਸੁਲਿਨ ਆਇਆ, ਹੈ ਨਾ, ਕਿਉਂਕਿ ਇੱਕ ਵਾਰ ਤੁਹਾਡਾ ਇੰਸੁਲਿਨ ਓਨਾ ਟਾਈਮ ਟਿੱਕ ਕੇ ਨਹੀਂ ਬਹਿੰਦਾ ਜਿੰਨਾ ਟਾਈਮ ਤੁਹਾਡੀ ਬਲੱਡ ਦੇ ਵਿੱਚ ਸ਼ੂਗਰ ਮੂਵ ਨਹੀਂ ਹੁੰਦੀ, ਨੋਰਮਲ 'ਤੇ ਨਹੀਂ ਆਉਂਦੀ। ਹੁਣ ਜਦ 2 ਘੰਟੇ ਬਾਅਦ ਕਾਰਬ ਖਾ ਲੈਣੇ ਨੇ, ਇੰਸੁਲਿਨ ਨੇ ਆਉਣਾ, ਉਹ ਬਲੱਡ ਸ਼ੂਗਰ ਨੂੰ ਨੋਰਮਲ ਕਰਨਾ, ਬਲੱਡ ਸ਼ੂਗਰ 2-3 ਘੰਟੇ 'ਚ ਨੋਰਮਲ ਹੋ ਜਾਂਦੀ ਆ, ਪਰ ਇੰਸੁਲਿਨ ਹਾਰਮੋਨਸ ਬਲੱਡ 'ਚ ਜੋ ਇਹਨੂੰ ਰਿਮੂਵ ਕਰਨ ਆਉਂਦਾ 5-6 ਘੰਟੇ ਹਾਈ ਰਹਿੰਦਾ ਇੰਸੁਲਿਨ। ਹੁਣ ਤੁਸੀਂ ਦੇਖ ਲਓ, ਜਦ ਨੂੰ ਫਿਰ ਤੁਸੀਂ 2 ਘੰਟੇ ਬਾਅਦ ਕਾਰਬ ਖਾ ਲੈਂਦੇ ਹੋ, ਫਿਰ ਇੰਸੁਲਿਨ, ਜਦ ਦਿਨ ਦੇ ਵਿੱਚ ਇੰਸੁਲਿਨ ਤੋਂ ਇੰਨੀ ਵਾਰ ਕੰਮ ਲੈਂਦੇ ਹੋ, ਇੰਸੁਲਿਨ ਰਿਸੈਪਟਰਸ ਬਣ ਜਾਂਦੇ ਹੋ, ਮਤਲਬ ਇੰਸੁਲਿਨ ਵੀ ਪ੍ਰੋਪਰ ਕੰਮ ਨਹੀਂ ਕਰਦਾ। ਹੁਣ ਜਿਹੜੇ ਮਸਲ ਨੇ ਇਹ ਇੰਸੁਲਿਨ ਤੋਂ ਰਿਸੈਪਟਰਸ ਹੋ ਜਾਂਦੇ ਨੇ, ਮਤਲਬ ਰਿਸਪੋਂਸ ਨਹੀਂ ਦਿੰਦੇ, ਇੱਥੇ ਗਲੂਕੋਸ਼ ਹੈਂਡਲ ਨਹੀਂ ਹੋਊਗੀ, ਜਾਂ ਤਾਂ ਬਲੱਡ 'ਚ ਵਧੂਗੀ, ਬਲੱਡ ਸ਼ੂਗਰ ਅੱਪ ਜਾਊਗਾ, ਮੋਟਾਪਾ ਆਉਂਦਾ ਜਾਂ ਫਿਰ ਫੈਟ ਸਟੋਰੇਜ, ਇਹ ਵੀ ਇੱਕ ਵੱਡਾ ਕਾਰਨ ਆ ਤੁਹਾਡੇ ਮਸਲ ਦੇ ਵਿੱਚ ਗਲਾਈਕੋਜਨ ਨਹੀਂ ਹੋਲਡ ਹੁੰਦੀ। ਅਤੇ ਹੁਣ ਇੱਕ ਚੀਜ਼ ਹੋਰ ਸੁਣੋ, ਤਾਂ ਹੀ ਮੈਂ ਕਹਿਣਾ ਹੁੰਦਾ ਕਿ ਪੋਸ਼ ਪੁੱਲ ਲੈਗ ਵਾਲੀ ਕੰਪਾਊਂਡ ਮੂਵਮੈਂਟ ਲਾਇਆ ਕਰੋ, ਕਿਉਂਕਿ ਜਿੰਨਾ ਤੁਸੀਂ ਫੁੱਲ ਬਾਡੀ ਦਾ ਵਰਕਆਊਟ ਕਰਦੇ ਹੋ ਤੁਹਾਡੇ ਮਸਲਾਂ ਦੀ ਓਨੀ ਗਲਾਈਕੋਜਨ ਦੀ ਡਿਮਾਂਡ ਵੱਧ ਜਾਂਦੀ ਆ। ਜੇ ਤੁਸੀਂ ਸਿੰਗਲ ਮਸਲ ਲਾਉਂਦੇ ਹੋ, ਚਾਹੇ ਬਾਈਸੈਪ ਚਾਹੇ ਇਕੱਲਾ ਸ਼ੋਲਡਰ ਲਾਏ, ਇੱਦਾਂ ਦੇ ਕਈ ਬੰਦੇ ਸਿੰਗਲ ਮਸਲ ਲਾਉਂਦੇ ਨੇ, ਹੁਣ ਬਾਈਸੈਪ ਤੁਹਾਡਾ ਕਿੱਡਾ ਕੁ ਮਸਲ ਆ, ਛੋਟਾ ਮਸਲ ਆ, ਕੰਪਾਊਂਡ ਮੂਵਮੈਂਟ ਨਹੀਂ ਹੈਗੀਆਂ, ਉਹ ਕਿੰਨਾ ਕੁ ਤੁਹਾਡੇ ਮਸਲਾਂ ਨੇ ਗਲੂਕੋਸ਼ ਅਪਡੇ ਕਰਨਾ। ਇਹ ਚੀਜ਼ ਸਟੱਡੀ ਨੇ ਸ਼ੋਅ ਕਰੀ ਹੋਈ ਆ ਕਿ ਜਦ ਫੁੱਲ ਬਾਡੀ ਵਰਕਆਊਟ ਤੁਸੀਂ ਲਾਉਂਦੇ ਹੋ, ਮਸਲਾਂ ਦੀ ਸਾਰੀ ਬਾਡੀ ਦੇ ਵਿੱਚ ਜਿੰਨੇ ਵੀ ਮਸਲ ਨੇ ਐਕਟੀਵੇਟ ਹੋ ਜਾਂਦੇ ਨੇ, ਸੋ ਜ਼ਿਆਦਾ ਕਾਰਬ ਤੁਹਾਡੀ ਬਾਡੀ ਹੈਂਡਲ ਕਰਦੀ ਆ। ਅਤੇ ਹੁਣ ਮੈਂ ਇੱਕ ਪੜ੍ਹੀ ਸੀ ਬੁੱਕ, ਅਤੇ ਬੁੱਕ ਦੇ ਵਿੱਚ ਮਿਨਰਲ ਕੁਛ ਇੱਦਾਂ ਦੇ ਨੇ ਜੋ ਗਲੂਕੋਸ਼ ਨੂੰ ਬੈਟਰ ਕਰਦੇ ਨੇ, ਆਪਣੀ ਬਾਡੀ ਜ਼ਿਆਦਾ ਗਲੂਕੋਸ਼ ਅਬਜ਼ੋਰਬ ਕਰਦੀ ਆ। ਜੇ ਮੈਂ ਬੁੱਕ ਪੜ੍ਹ ਲਈ, ਇਹ ਤਾਂ ਮਤਲਬ ਤੁਹਾਨੂੰ ਪੜ੍ਹਨ ਦੀ ਲੋੜ ਨਹੀਂ, ਤੁਹਾਨੂੰ ਮੈਂ ਉਹ ਚੀਜ਼ ਦੱਸਦਾ ਕਿ ਮਿਨਰਲ ਵਿਟਾਮਿਨ ਕਿੰਨੇ ਜ਼ਰੂਰੀ ਨੇ ਗਲੂਕੋਸ਼ ਨੂੰ ਹੈਂਡਲ ਕਰਨ ਲਈ, ਬਲੱਡ ਸ਼ੂਗਰ ਨੂੰ। ਸੋ ਪਹਿਲੇ ਨੰਬਰ 'ਤੇ ਉਹਨੇ ਬੁੱਕ 'ਚ ਜ਼ਿਕਰ ਕੀਤਾ ਜਿੰਕ ਦਾ। ਜਿੰਕ ਕਹਿੰਦਾ ਵੀ ਸਿੰਥੋਸਾਈਜ਼ ਕਰਦਾ ਇੰਸੁਲਿਨ ਨੂੰ, ਮਤਲਬ ਇੰਸੁਲਿਨ ਦੀ ਪ੍ਰੋਡਕਸ਼ਨ ਨੂੰ ਵਧਾਉਂਦਾ, ਬਾਡੀ ਇੰਸੁਲਿਨ ਬੈਟਰ ਕੰਮ ਕਰੂਗਾ ਤਾਂ ਇਹਦਾ ਮਤਲਬ ਫਿਰ ਬਾਡੀ ਗਲੂਕੋਸ਼ ਜ਼ਿਆਦਾ ਹੈਂਡਲ ਕਰੂਗੀ, ਠੀਕ ਹੈ ਜੀ। ਦੂਜੇ ਨੰਬਰ 'ਤੇ ਮੈਗਨੀਸ਼ੀਅਮ ਬ੍ਰੇਕਡਾਊਨ ਗਲੂਕੋਸ਼, ਮੈਗਨੀਸ਼ੀਅਮ ਬ੍ਰੇਕਡਾਊਨ ਕਰਦਾ ਗਲੂਕੋਸ਼ ਨੂੰ ਵਧੀਆ। ਹੁਣ ਜੇ ਗਲੂਕੋਸ਼ ਬ੍ਰੇਕਡਾਊਨ ਹੋਊਗਾ ਵਧੀਆ ਤਾਂ ਮਸਲਾਂ ਤੱਕ ਜਾਊਗਾ। ਅਤੇ ਮੈਗਨੀਸ਼ੀਅਮ ਕੀ 'ਚ ਹੁੰਦਾ? ਪੰਪਕਿਨ ਸੀਡ 'ਚ ਹੁੰਦਾ। ਜਿਹੜੇ ਉੱਪਰ ਗੱਲ ਕਰੀ ਜਿੰਕ ਕੀ 'ਚ ਹੁੰਦਾ? ਜਿੰਕ ਐਜ਼ ਆ ਸਪਲੀਮੈਂਟ ਲੈ ਸਕਦੇ ਹੋ ਜਾਂ ਬ੍ਰਾਜ਼ੀਲ ਨਟ 'ਚ ਹੁੰਦਾ। ਅਤੇ ਤੀਜੇ ਨੰਬਰ 'ਤੇ ਸਿਲੀਨਮ, ਸਿਲੀਨਮ ਕੀ ਕਰਦਾ? ਉਹ ਕਹਿੰਦਾ ਵੀ ਰਿਡਿਊਸ ਆਕਸੀਡੇਟਿਵ ਸਟ੍ਰੈਸ। ਹੁਣ ਜਦ ਆਪਣੀ ਬਾਡੀ 'ਤੇ ਆਕਸੀਡੇਟਿਵ ਸਟ੍ਰੈਸ ਆਉਂਦਾ, ਮੰਨ ਲਓ ਪੈਨਕਿਰੀ ਲਾ ਲਓ ਜਿਹੜਾ ਇੰਸੁਲਿਨ ਬਣਾਉਂਦਾ, ਉਹਦੇ 'ਤੇ ਜੇ ਸਟ੍ਰੈਸ ਆਉਂਦਾ ਉਹ ਘੱਟ ਕੰਮ ਕਰੂਗਾ। ਸੋ ਜਦ ਉਹਦੇ 'ਤੇ ਸਟ੍ਰੈਸ ਘਟਣਾ ਉਹ ਚੀਜ਼ ਬੈਟਰ ਕੰਮ ਕਰੂ, ਔਰਗਨ ਬੈਟਰ ਕੰਮ ਕਰਨਗੇ, ਚਾਹੇ ਕੋਈ ਵੀ ਔਰਗਨ ਆ, ਲੀਵਰ ਆ ਜਾਂ ਕੁਛ ਵੀ ਆ, ਹੈ ਨਾ, ਜਿੰਨਾ ਉਹਦੇ ਸਟ੍ਰੈਸ ਘਟੂਗਾ ਆਕਸੀਡੇਟਿਵ। ਅਤੇ ਨੈਕਸਟ ਹੈਗਾ ਪੋਟਾਸ਼ੀਅਮ, ਪੋਟਾਸ਼ੀਅਮ ਹੈਲਪ ਕਰਦਾ ਉਹ ਕਹਿੰਦਾ ਪ੍ਰਮੋਟ ਇੰਸੁਲਿਨ ਪ੍ਰੋਡਕਸ਼ਨ। ਹੁਣ ਜਿਹੜਾ ਪੋਟਾਸ਼ੀਅਮ ਆ ਕੀ 'ਚ ਹੁੰਦਾ? ਉਹ ਤਾਂ ਕਾਰਬ 'ਚ ਹੀ ਹੁੰਦਾ, ਜੇ ਤੁਹਾਨੂੰ ਪਤਾ ਕਿਹੜਾ ਕਾਰਬ ਖਾਣਾ, ਵਾਈਟ ਰਾਈਸ ਖਾਏਂਗੇ ਉਹਨਾਂ 'ਚ ਨਹੀਂ ਹੁੰਦਾ। ਤਾਂ ਹੀ ਮੈਂ ਕਹਿੰਦਾ ਹੁੰਦਾ ਸਵੀਟ ਪਟੈਟੋ ਜਾਂ ਰੈੱਡ ਪਟੈਟੋ, ਲਾਲ ਆਲੂ ਨੰਬਰ 1 ਕਾਰਬੋਹਾਈਡਰੇਟਸ ਦਾ ਫੂਡ ਆ, ਤਾਂ ਹੀ ਬਾਡੀ ਬਿਲਡਰਸ ਖਾਂਦੇ ਨੇ, ਕਿਉਂਕਿ 100 ਗ੍ਰਾਮ ਸਵੀਟ ਪਟੈਟੋ ਕੋਕਟ ਦੇ ਵਿੱਚ ਜੇ 20 ਗ੍ਰਾਮ ਕਾਰਬ ਹੁੰਦਾ, 450 ਮਿਲੀਗ੍ਰਾਮ ਪੋਟਾਸ਼ੀਅਮ ਹੁੰਦਾ, ਅਤੇ ਪੋਟਾਸ਼ੀਅਮ ਆਪਾਂ ਨੂੰ 4500 ਤੋਂ ਲੈ ਕੇ 5000 mg ਚਾਹੀਦਾ ਹੁੰਦਾ। ਜੇ ਹੁਣ ਪੋਟਾਸ਼ੀਅਮ ਰਿਚ ਫੂਡ ਖਾਵਾਂਗੇ, ਵੈਜੀਬੂਚੀ 'ਚ ਹੁੰਦਾ, ਸਵੀਟ ਪਟੈਟੋ 'ਚ ਖਾਵਾਂਗੇ, ਨਾਲੇ ਤਾਂ ਕਾਰਬ ਮਿਲ ਗਿਆ ਨਾਲੇ ਪੋਟਾਸ਼ੀਅਮ। ਅਤੇ ਨੈਕਸਟ ਹੈਗਾ ਆਇਓਡੀਨ, ਆਇਓਡੀਨ ਕੀ ਹੁੰਦਾ? ਸਾਲਟ 'ਚ ਹੁੰਦਾ ਜਾਂ ਫਿਸ਼ 'ਚ ਹੁੰਦਾ, ਇਹ ਤੁਹਾਡੇ ਥਾਇਰੋਇਡ ਹਾਰਮੋਨ ਨੂੰ ਸਪੋਰਟ ਕਰਦਾ। ਥਾਇਰੋਇਡ ਹਾਰਮੋਨਸ ਕੀ? ਜਿਹੜਾ ਆਪਣੇ ਇੱਥੇ ਗਲੈਂਡ ਹੁੰਦਾ, ਜੋ ਤੁਹਾਡੇ ਮੈਟਾਬੋਲਿਜ਼ਮ 'ਤੇ ਵਰਕ ਕਰਦਾ, ਮਤਲਬ ਤੁਹਾਡੀ ਬਾਡੀ ਮੈਟਾਬੋਲਿਜ਼ਮ, ਜੋ ਤੁਸੀਂ ਫੂਡ ਖਾਂਦੇ ਹੋ ਉਹ 'ਚੋਂ ਕਿੱਦਾਂ ਬਾਡੀ ਨੇ ਉਹ ਫੂਡ ਨੂੰ ਆਪਣੇ 'ਤੇ ਲੈਣਾ, ਉਹ ਤੁਹਾਡੇ ਥਾਇਰੋਇਡ ਹਾਰਮੋਨ ਦਾ ਕੰਮ ਹੁੰਦਾ। ਸੋ ਇਹ ਚੀਜ਼ ਉਹਨੂੰ ਸਪੋਰਟ ਕਰਦੀ ਆ ਥਾਇਰੋਇਡ ਨੂੰ। ਅਤੇ ਨੈਕਸਟ ਹੈਗਾ ਕਰੋਮੀਅਮ, ਕਰੋਮੀਅਮ ਹੈਗਾ ਇਨਹੇਸ ਇੰਸੁਲਿਨ ਐਕਸ਼ਨ, ਮਤਲਬ ਇੰਸੁਲਿਨ ਐਕਸ਼ਨ ਵਧੀਆ ਕਰਦਾ ਉਹਦੇ 'ਤੇ ਜਦ ਆਪਾਂ ਕਰੋਮੀਅਮ ਲੈਂਦੇ ਹੋ। ਐਜ਼ ਆ ਸਪਲੀਮੈਂਟ ਐਡ ਕਰ ਸਕਦੇ ਹੋ, ਮਤਲਬ ਕਾਰਬ ਮੀਲ ਨਾਲ ਕਰੋਮੀਅਮ ਸਪਲੀਮੈਂਟ ਲਏਗੇ ਉਹ, ਇੰਸੁਲਿਨ ਬੈਟਰ ਕੰਮ ਕਰੂ, ਮਤਲਬ ਕਾਰਬ ਮਸਲਾਂ 'ਚ ਜਾਊਗੀ। ਸੋ ਇਹ ਹੈਗੇ ਨੇ ਜੋ ਮਿਨਰਲ ਤੁਹਾਡੀ ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਦੇ ਨੇ, ਤੁਹਾਡੇ ਮਸਲਾਂ ਤੱਕ ਕਾਰਬ ਜ਼ਿਆਦਾ ਜਾਊਗੀ। ਅਤੇ ਨੈਕਸਟ ਹੈਗੀ ਇੰਟਰਮੀਟਿੰਗ ਫਾਸਟਿੰਗ, ਸਿਰਫ 2 ਮੀਲਾਂ ਖਾਣੀਆਂ ਨੇ, ਕਿਉਂਕਿ ਜਿੰਨਾ ਟਾਈਮ ਆਪਾਂ ਨਹੀਂ ਖਾਂਦੇ ਇੰਸੁਲਿਨ ਸੈਂਸਿਟੀਵਿਟੀ ਵੱਧਦੀ ਆ, ਕਿਉਂਕਿ ਉਹ ਟਾਈਮ ਬਲੱਡ ਸ਼ੂਗਰ ਨੋਰਮਲ ਹੁੰਦਾ, ਇੰਸੁਲਿਨ ਨੂੰ ਰੈਸਟ ਮਿਲਦੀ ਆ, ਕਿਉਂਕਿ ਆਪਾਂ ਵਾਰ ਵਾਰ ਖਾ ਕੇ
ਸੋ ਉਹ ਹੁੰਦਾ ਕਿ 16-8 16 ਘੰਟੇ ਦਾ ਫਾਸਟ, 8 ਘੰਟੇ ਦੀ ਈਟਿੰਗ ਵਿੰਡੋ। ਜੇ ਮੰਨ ਲਓ ਰਾਤ ਨੂੰ 8 ਵਜੇ ਡਿਨਰ ਕੀਤਾ, ਦੂਜੇ ਦਿਨ ਦੁਪਹਿਰੇ 12 ਵਜੇ ਮੀਲ ਬਨ, ਲਾਈਟ ਜਿਹੀ ਮੀਲ ਹੋਜੂਗੀ, ਅਤੇ ਉਹ ਤੋਂ ਘੰਟਾ ਡੇਢ ਘੰਟਾ ਬਾਅਦ ਜਿਹੜੀ ਸੋਲਿਡ ਮੀਲ ਹੋਜੂਗੀ ਤੁਹਾਡੀ, ਉਸ ਤੋਂ ਬਾਅਦ ਫਿਰ ਡਿਨਰ 16-8 ਮਤਲਬ ਕਿ 8 ਘੰਟੇ 'ਚ ਈਟਿੰਗ ਵਿੰਡੋ, ਅਤੇ ਜਿਹੜੇ ਫਿਰ ਬਾਕੀ 16 ਘੰਟੇ ਨੇ ਉਹ 'ਚ ਆਪਣਾ ਫਾਸਟ ਹੋਜੂਗਾ। ਸੋ ਆਹ ਚੀਜ਼ਾਂ ਨੇ, ਜੇ ਤੁਸੀਂ ਇਹ ਯੂਜ਼ ਕਰੇਂਗੇ ਸਾਰੀਆਂ, ਤੁਸੀਂ ਦੇਖਿਓ ਕਿ ਤੁਹਾਡੇ ਮਸਲ ਗਲਾਈਕੋਜਨ ਫੁੱਲ ਲੱਗੂਗਾ। ਕਿਉਂਕਿ ਮੈਂ ਬਹੁਤ ਹਾਈ ਕਾਰਬ ਖਾ ਕੇ ਦੇਖ ਲਿਆ, ਅਤੇ ਮੈਂ ਇਹੀ ਚੀਜ਼ ਸੋਚਦਾ ਹੁੰਦਾ ਸੀ ਕਿ ਮਸਲ ਕਿਉਂ ਨਹੀਂ ਫੁੱਲ ਲੱਗਦੇ। ਸੋ ਆਹ ਐਕਸਪੈਰੀਮੈਂਟ ਆਪਣੀ ਬੋਡੀ 'ਤੇ ਕਰਕੇ ਦੇਖਿਓ, ਜ਼ਰੂਰ ਤੁਹਾਨੂੰ ਬੈਸਟ ਰਿਜ਼ਲਟ ਆਉਣਗੇ, ਤੁਹਾਡੇ ਮਸਲ ਫੁੱਲ ਲੱਗਣਗੇ। ਕਿਉਂਕਿ ਕਾਰਬ ਜ਼ਿਆਦਾ ਨਹੀਂ ਖਾਣੇ, ਜ਼ਿਆਦਾ ਕਾਰਬ ਖਾ ਕੇ ਤੁਸੀਂ ਆਪਾਂ ਨੂੰ ਇਹ ਲੱਗਦਾ ਹੁੰਦਾ ਕਿ ਮਸਲ ਦੇ ਵਿੱਚ ਗਲੂਕੋਜ਼ ਹੈਂਡਲ ਹੋਊਗਾ, ਪਰ ਉਹਦਾ ਉਲਟਾ ਅਸਰ ਪੈ ਜਾਂਦਾ, ਫੈਟ ਸਟੋਰੇਜ ਆਈ ਜਾਂਦੀ ਆ। 400 ਗ੍ਰਾਮ ਕਾਰਬ ਖਾ ਕੇ ਫਿਰ ਵੀ ਆਪਣੇ ਮਸਲ ਗਿਰੇ ਗਿਰੇ ਰਹਿੰਦੇ ਨੇ, ਕਿਉਂ? ਕਿਉਂਕਿ ਜ਼ਿਆਦਾ ਕਾਰਬ ਖਾਂਦੇ ਆ। ਉਹੀ ਇਹਨਾਂ ਨੂੰ ਥੋੜ੍ਹਾ ਜਿਹਾ ਮਸਲਾਂ ਨੂੰ ਕਾਰਬ ਤੋਂ ਥੋੜ੍ਹੇ ਜਿਹੇ ਭੁੱਖੇ ਰੱਖੋ, ਤਾਂ ਇਹ ਜ਼ਿਆਦਾ ਅਬਜ਼ੋਰਬ ਕਰਨਗੇ। ਕਿਉਂਕਿ ਜੇ ਤੁਸੀਂ ਫਾਸਟਿੰਗ ਕਰੇਂਗੇ, ਮੁੜ ਕੇ ਇੰਨਾ ਟਾਈਮ ਨਹੀਂ ਖਾਂਦੇ, ਕਾਰਬ ਫਿਰ ਆਪਣੀ ਬੋਡੀ ਨੂੰ ਦੇਂਗੇ, ਉਹ ਜ਼ਿਆਦਾ ਖਿੱਚਣਾ ਫਿਰ ਇਹਨਾਂ ਨੇ। ਸੋ ਆਹ ਚੀਜ਼ ਆ। ਸੋ ਇਹ ਸੀਗੀ ਤੁਹਾਡੇ ਲਈ ਇਨਫੋਰਮੇਸ਼ਨ। ਹੁਣ ਮਿਲਦੇ ਆਪਾਂ ਨੈਕਸਟ ਮੰਥ। ਦਿਸ ਇਜ਼ ਹੈਰੀ ਮਡੇਰ, ਲਵ ਯੂ ਆਲ, ਬਾਏ ਬਾਏ।